ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੂੰ ਪਿਛਲੇ ਦਿਨੀ ਕੋਰੋਨਾ ਹੋ ਗਿਆ ਸੀ। ਉਹ 17 ਮਾਰਚ ਤੋਂ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਉਹਨਾਂ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਕੋਰੋਨਾ ਦੇ ਮੁੱਢਲੇ ਲੱਛਣ ਉਹਨਾਂ 'ਚ ਪਾਏ ਜਾਣ ਤੋਂ ਬਾਅਦ ਹੀ ਟੈਸਟ ਕੀਤਾ ਗਿਆ ਸੀ। ਉਹ ਦਿੱਲੀ ਤੋਂ ਕਈ ਦਿਨ ਪਹਿਲਾਂ ਪੰਜਾਬ ਦੇ ਵਿੱਚ ਰੈਲੀਆਂ ਕਰਨ ਲਈ ਆਏ ਸਨ। ਜੋਗਿੰਦਰ ਸਿੰਘ ਉਗਰਾਹਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਇਸ ਸੰਬੰਧੀ, ਜਿਸ 'ਚ ਉਹਨਾਂ ਨੇ ਜਲਦ ਸਿਹਤਯਾਬ ਹੋ ਕੇ ਵਾਪਸ ਪਰਤਣ ਦੀ ਗੱਲ ਕਹੀ ਹੈ। ਸਾਥੀਓ, ਮੈਂ ਜੋਗਿੰਦਰ ਸਿੰਘ ਉਗਰਾਹਾ, ਸੂਬਾ ਪ੍ਰਧਾਨ ਭਾਰਤੀ ਕਿਸਾਨ ਏਕਤਾ ਉਗਰਾਹਾ। ਪਿਛਲੇ ਕੁਝ ਦਿਨਾਂ 'ਚੋਂ ਮੈਂ ਢਿੱਲਾ ਹੋ ਗਿਆ ਸੀ, ਬੁਖਾਰ ਦੀ ਸ਼ਿਕਾਇਤ ਸੀ ਅਤੇ ਉਹਦੇ ਕਰਕੇ ਮੈਂ ਟੈਸਟ ਕਰਵਾਇਆ, ਮੈਨੂੰ ਕਰੋਨਾ ਪੋਜ਼ੀਟਿਵ ਆ ਗਿਆ। ਉਹ ਵੀ ਠੀਕ ਹੈ, ਬੁਖਾਰ ਵੀ ਠੀਕ ਹੈ, ਖੰਘ ਵੀ ਠੀਕ ਹੈ, ਪੋਜ਼ੀਟਿਵ ਦੀ ਵੀ ਨੈਗੇਟਿਵ ਨੂੰ ਵੱਧ ਰਹੇ ਨੇ ਪੁਆਇੰਟ। ਇੱਕ ਦੋ ਦਿਨਾਂ ਦੇ ਵਿੱਚ ਮੈਂ ਕਾਇਮ ਹੋ ਕੇ ਤੁਹਾਡੇ ਵਿੱਚ ਸ਼ਾਮਲ ਹੋ ਜੂੰਗਾ। ਕਿਸੇ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ, ਚੜ੍ਹਦੀ ਕਲਾ 'ਚ ਰਹੋ, ਜਿੱਤ ਕੇ ਨਿਕਲ। ਸੋ ਕੋਰੋਨਾ ਪੋਜ਼ਿਟਿਵ ਹੋਣ ਤੋਂ ਬਾਅਦ ਉਗਰਾਹਾਂ ਦਾ ਹਸਪਤਾਲ ਤੋਂ ਇਹ ਪਹਿਲਾ ਵੀਡੀਓ ਸੀ, ਜਿਸ 'ਚ ਉਹਨਾਂ ਨੇ ਜਲਦ ਵਾਪਸ ਠੀਕ ਹੋ ਕੇ ਦਿੱਲੀ ਪਰਤਣ ਬਾਰੇ ਕਿਹਾ ਹੈ। ਬਿਊਰੋ ਰਿਪੋਰਟ, ਸਕਾਈ ਨਿਊਜ਼ ਪੰਜਾਬ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।